ਚਿੱਟਾ ਚਿੱਟਾ ਨੀ ਹੁੰਦੀ ਉਹ ਨਾਜ਼ਮ ਨੂੰ ਨਾ ਦੋਵੇਂ ਭੈਣਾਂ ਮਾਲਿਸ਼ ਕਰਦੀਆਂ ਨੇ ਨਿੱਕੀਆਂ, ਹਾਂ ਆ ਜ਼ੈਨੀ ਤੇ ਫਾਤਮਾ ਤੇ ਆ ਕੇ ਫਿਰ ਹਰ ਵਾਰ ਕਰਾਉਂਦਾ ਆਉਂਦਾ ਇੰਝ ਠੰਡ ਪੈ ਜਾਂਦੀ ਸਿਰ 'ਚ। ਬਾਜੀ ਉਹ ਕੀ ਨਾਂ ਹੈ, ਮੈਨੂੰ ਤਾਂ ਸਾਰੇ ਮੈਂ ਸਾਰਿਆਂ ਕੋਲ ਕਰਾਈ ਹੈ, ਸਾਰੀਆਂ ਨੇ ਨਾਨਾ ਕੋਲ ਵੀ ਅਤੇ ਅਨਮ ਬੜੀ ਸੋਹਣੀ ਕਰਦੀ ਜੇ। ਅੱਛਾ, ਅਨਮ ਕੋਲ ਕਰਾਈ ਮੇਰੇ ਸੋ ਆਉਂਦੀ ਹੈ ਨਾ ਕੱਪੜੇ ਅੱਗੇ ਉੱਤੇ ਸ਼ੀਸ਼ੇ 'ਚ ਬੈਠੇ ਆਪਣਾ ਰੰਗ ਸਾਫ਼ ਪਿਆ ਲੱਗਦਾ ਸੀ। ਅੱਛਾ, ਹਾਂ ਤੁਹਾਡੇ ਘਰ ਆ ਕੇ ਨਾ ਉਹ ਆਉਂਦੀ ਜੇ ਨਾ, ਮੈਂ ਅੰਦਰ ਬਹਿ ਰਹੀ ਹਾਂ ਮੈਂ, ਫਿਰ ਉਹਨੇ ਮੈਂ 2 ਹਫ਼ਤੇ ਧੁੱਪੇ ਵੇਲੀ ਬੈਠੀ ਹਾਂ ਅਤੇ ਫਿਰ ਮੈਨੂੰ ਮੇਰੀ ਧੀ ਆਉਂਦੀ ਮਾਂ ਕੀ ਮੂੰਹ ਤੇ ਮਲ ਕੇ ਤੇਲ ਬੈਠੀ ਹਾਂ, ਮੈਂ ਕਿਹਾ ਨਹੀਂ ਧੁੱਪੇ ਬਹਿ ਰਹੀ ਹਾਂ ਤਾਂ ਇਸ ਤਰ੍ਹਾਂ ਹੋਇਆ। ਅੱਛਾ, ਇਹ ਤੂੰ ਵਿੱਚ ਧੁੱਪ ਵੱਲ ਪਿੱਛਾ ਕਰਕੇ ਪਿਆ, ਮੈਂ ਕਿਹਾ ਮੈਂ ਕਿਹੜਾ ਕੋਈ ਮਾਡਲਿੰਗ ਕਰਨੀ ਹੈ ਜਿਹੜਾ ਵਾ ਚਿੱਟਾ ਰੰਗ ਜ਼ਰੂਰੀ ਹੋਣਾ ਚਾਹੀਦਾ। ਕਈਆਂ ਨੂੰ ਧੁੱਪ ਬੜੀ ਜਲਦੀ ਅਸਰ ਕਰਦੀ, ਮੈਨੂੰ ਆਪੇ ਬੜੀ ਕਰਦੀ ਜੇ ਯਾਰ, ਰੰਗ ਹੀ ਸਾਵ ਲੈ, ਮੈਂ ਕਿੱਥੋਂ ਚਿੱਟੀ ਹਾਂ ਅਤੇ ਅੱਲਾ ਦਾ ਸ਼ੁਕਰ ਹੈ ਜਿਵੇਂ ਦਾ ਵੀ ਅੱਲਾ ਨੇ ਦਿੱਤਾ, ਮੁਸਲਮਾਨ ਆ ਇਨਸਾਨ ਆ ਚੰਗੀ ਸੂਰਤ ਹੈ ਅੱਲਾ ਦੀ ਬਣਾਈ, ਅੱਲਾ ਤਾਲਾ ਨੇ ਜਿੰਨੇ ਸ਼ੁਕਰੀਆ ਨਹੀਂ ਹੋਣਾ ਚਾਹੀਦਾ। ਹੁਣ ਮੇਰੀ ਗੱਲ ਸੁਣੋ, ਮਾਵਾਂ ਨੂੰ, ਮਾਵਾਂ ਦੇ ਸਾਹਮਣੇ ਬੱਚਾ ਨਾ ਵੀ ਹੋਏ ਪੂਰੀ ਜਿਹੀ ਸ਼ਕਲ ਦਾ ਹੋਏ ਤੇ ਮਾਂ ਦੀ ਸੁਣ ਗੱਲ, ਉਸ ਕਾਨ ਵਾਲੀ ਸਕਿਨ ਲਈ ਨਾ ਉਹਦੇ ਤੇ ਅੰਜਮਨ ਦੀ ਉਹਦੀ ਸਹਿਮਾ ਦੀ ਤਸਵੀਰ ਤੇ ਪਤਾ ਨਾ ਸਹਿਮਾ ਕਿੱਡੀ ਖੂਬਸੂਰਤ ਆ ਔਰਤ, ਉਹ ਵੇਖ ਕੇ ਉਹਨੇ ਸੁਰਖ ਕਮੀਜ਼ ਟਿਮਕਣੀਆਂ ਵਾਲੀ ਚਿੱਟੀ ਸ਼ਲਵਾਰ ਤੇ ਚਿੱਟਾ ਦੁਪੱਟਾ ਲਿਆ, ਵੇਖ ਕੇ ਆਉਂਦੇ ਨੇ ਕੱਦ ਪਤਾ ਉਹਦਾ ਲੰਬਾ ਹੈ, ਵੇਖ ਕੇ ਆਉਂਦੇ ਨੇ ਸਾਰੀ ਨਾ ਮੇਰੀ ਛੀਨਾ ਵਾਂਗੂਗੇ। ਅੱਛਾ, ਦੱਸ ਸੁਣ ਕੇ ਗੱਲ ਤੇ ਹੱਸਣ ਲੱਗ ਪਿਆ ਤੇ ਆਂਦੀ ਚੱਲ ਵੇ ਜਾ ਜ਼ਰਾ ਕੁ ਪਾ ਲਾ ਲਵੇ ਹਾਂ ਕਿ ਮੇਰੀ ਧੀ ਕਿਸੇ ਨਾਲ ਘੱਟ ਹੈ, ਹੈਂ ਸਾਰੀ ਉਹ ਹੀ ਉਹਦੇ ਵਾਂਗੂ ਵੇ ਕੱਦ ਬੁੱਤ ਵੀ ਅਤੇ ਨਾ ਉਹਦੀ ਵਗਰੀ ਲੱਗਦੀ ਹੈ, ਇਹ ਕਹਿੰਦੀ ਮੈਂ ਸਦਕੇ ਜਾਵਾਂ ਨਹੀਂ, ਮੇਰੀ ਮਾਂ ਆਪਣੀ ਹਰ ਮਾਂ ਨੂੰ ਆਪਣੀ ਔਲਾਦ ਜਿਹੋ ਜਿਹੀ ਵੀ ਹੋਵੇ ਆਹੋ ਅਤੇ ਉਹ ਹੀ ਨਾ, ਅੱਲਾਹ ਤਾਲਾ ਤਾਂ 70 ਮਾਵਾਂ ਨਾਲ ਜ਼ਿਆਦਾ ਪਸੰਦ ਕਰਦਾ ਹੈ, ਅਤੇ ਅੱਲਾਹ ਤਾਲਾ ਨੂੰ ਕਿੰਨਾ ਬੁਰਾ ਲੱਗਦਾ ਹੋਏਗਾ ਜਦੋਂ ਅਸੀਂ ਕਿਸੇ ਸ਼ਖਸ ਨੂੰ ਕਹਿੰਦੇ ਹਾਂ ਜਾਂ ਕਿਸੇ ਇਨਸਾਨ। ਹਾਂ ਇਹ ਗੱਲ ਮੈਂ 1-2 ਵਾਰੀ ਕਰ ਲਈ, ਅੰਮ੍ਰਿਤਸਰ ਸਾਹਮਣੇ ਫਿਰ ਤਾਂ ਮੈਂ ਜਾਨ ਛਡਾਉਂਦੀ ਹਾਂ, ਉਹ ਮੇਰੀ ਛੱਡਦਾ ਨਹੀਂ। ਮੈਨੂੰ ਵੀ ਆਖਿਆ ਸੀ ਨਾ, ਮੈਂ ਕਿਹਾ ਤੁਸੀਂ ਪਿਆਰ ਹੋ, ਤੁਸੀਂ ਮੁਹੱਬਤ ਹੋ, ਮੈਂ ਵੀ ਆਖਿਆ ਤੁਸੀਂ ਗੁਲਾਬ ਦਾ ਫੁੱਲ ਹੋ, ਮੈਂ ਕਿਹਾ ਗੋਭੀ ਦਾ ਫੁੱਲ ਕਹਿੰਦੇ ਆ, ਮੈਂ ਕਿਹਾ ਮੇਰੀ ਜ਼ੈਨਾ ਜਿਹੜੀ ਹੈ ਨਾ ਉਹ ਜ਼ਿਆਦਾ ਸੋਹਣੀ ਹੈ ਤੇ ਜ਼ਵੇਰ ਜਿਹੜਾ ਨਾ ਪੂਰੀ ਜੀ ਸ਼ਕਲ ਦਾ, ਲੇਕਿਨ ਜ਼ਵੇਰ ਦਾ ਨਾ 17 ਕਹਿੰਦੇ ਨੇ, ਇੰਜ ਨਹੀਂ ਆਖੀਦਾ, ਉਹ ਤੇ ਏਡਾ ਸ਼ਹਿਜ਼ਾਦਾ ਹੈ, ਕਦੋਂ ਆਖਿਆ ਕਿ ਉਹ ਭਾਈ ਨੇ ਮੈਨੂੰ ਪੂਰਾ ਲੈਕਚਰ ਦਿੱਤਾ। ਬਹਰਹਾਲ ਮੈਂ ਨਾ ਹੁਣ ਬਰੀਕ ਕੰਘੀ ਮਾਰਾਂਗੀ, ਇਨਸ਼ਾਅੱਲਾ ਮੁੱਕ ਜਾਣੀ ਆ। ਮੈਨੂੰ ਤੇ ਉਦੋਂ ਭਾਈ ਵੇਖਿਆ ਸੀ ਨਾ ਜ਼ੈਨੀ ਨੇ, ਇੱਕ ਵਾਰੀ ਮੈਂ ਜਾ ਕੇ ਉਹਦੇ ਕਢਾ ਕੇ ਆਈ ਹਾਂ, ਕੋਈ 1-2 ਲੀਹ ਵੀ ਕੱਢੀ, ਸਭ ਕੁਝ ਜੂਮ ਵੀ ਕੱਢੀ ਤੇ ਲੀਖਾਂ ਵੀ ਕੱਢੀਆਂ। ਅੱਛਾ, ਤੇ ਓਏ ਯਾਰ ਪੱਕੀ ਲੀਹ, ਅੱਲਾ ਦੀ ਕਸਮੇ ਲੈ ਮੈਨੂੰ ਯਕੀਨ ਨਹੀਂ ਹੈ, ਮੈਂ ਮਾਰੀ ਤੇ ਲੀਹੀ ਹੈ, ਸ਼ੀਸ਼ੇ ਦੀ ਵਜ੍ਹਾ ਤੋਂ ਨਾ ਸਭਾ ਮੈਨੂੰ ਸਾਫ਼ ਦਿਸਿਆ ਤੇ ਤਾਜ਼ੀ ਕੱਢ ਲਈ ਹੈ ਨਾ ਮੈਂ, ਮੇਰੇ ਤੋਂ ਇੱਧਰ ਨਹੀਂ ਪੈ ਗਈ ਕਿਤਲੇ, ਪਤਾ ਨਹੀਂ ਇਹ ਵੀ ਲੀਹੀ ਯਾਰ, ਮੇਰੇ ਦੋਵੇਂ ਹੱਥ ਸੁੱਤੇ ਨੇ, ਕੱਢੋ ਕੱਢੋ ਦੋਵੇਂ ਹੱਥ ਸੁੱਤੇ ਨੇ, ਕਹਿੰਦੇ ਮੈਂ ਅੱਜ ਮੇਰੇ ਕੋਲ ਕੈਪਸੂਲ ਮੁੱਕ ਗਏ ਨੇ ਜਿਹੜਾ ਭਾਈ ਨੇ ਦਿੱਤੇ ਹਨ ਪੱਠਿਆਂ ਦੇ, ਹਾਂਜੀ ਕੋਈ ਫਰਕ ਤਾਂ ਨਹੀਂ ਹੁੰਦੇ, ਸਵੇਰੇ ਵੀ ਮੈਂ ਆਈ ਹਾਂ ਤੇ ਕਸਮੇ ਬਹਿ ਰਹੀ ਹਾਂ ਇੰਨੇ ਹੱਥ ਸੁੱਤੇ, ਮੈਂ ਅੱਜ ਸਲਾਈਆਂ ਕਿਉਂ ਨਹੀਂ ਫੜੀਆਂ, ਹਾਂ ਇਸ ਪੋਟੇ ਸੁੱਤੇ ਨੇ ਹੱਥਾਂ, ਮੈਂ ਜੇ ਕਦੀ ਵੇਖਾਂ ਨਾ ਐਨਕ ਹੁਣ ਸਹੀ ਹੈ ਨਾ ਤਾਂ ਮੈਨੂੰ ਦਿਸ ਪਿਆ, ਅਤੇ ਜੇ ਕਦੀ ਨਜ਼ਰ ਆਏ ਤਾਂ ਪਤਾ ਕਿਸ ਤਰ੍ਹਾਂ ਦਿਸਦਾ, ਹੌਲੀ ਹੌਲੀ ਵੇਖ ਕੇ ਨਾ ਨਜ਼ਰ ਲਾ ਕੇ ਫਿਰ ਜੇ ਮੈਨੂੰ ਕੋਈ ਦਿਸ ਪੈਂਦੀ ਹੈ ਕੋਈ ਤੱਕ ਕੋ ਜੂੰ ਉਂਝ ਨਹੀਂ ਮੈਨੂੰ ਦਿਸਦੀ, ਤੇ ਜੇ ਉਹ ਸਿਲਾਈ ਕਰਦੇ ਤਾਂ ਫਿਰ ਕਿੰਝ ਕਰਦੇ ਧਾਗਾ, ਮੈਂ ਨਹੀਂ ਆ ਪਿੱਛੇ ਜੇ ਕਰਦੀ ਹਾਂ ਮਹੀਨਾ ਡੇਢ ਇੰਜ ਸੀ ਤੇ ਸੁਬਾ ਉੱਠਦੀ ਹੈ ਨਾ ਕੱਢ ਤੇ ਲੈਂਦੀ ਹਾਂ, ਅੱਖਾਂ ਭੀੜ ਕਰਦੀ ਹਾਂ ਜਦੋਂ ਮੈਨੂੰ ਸੌਂਦੀ ਹਾਂ, ਅਤੇ ਫਿਰ ਨਾ ਸੁਬਾ ਉੱਠਦੀ ਹਾਂ ਤੇ ਇੰਝ ਲੱਗਦਾ ਸੀ ਜਿਵੇਂ ਕਿੰਨਾ ਕੁ ਬਲੱਡ ਤੇਜ਼ ਹੋਇਆ ਅਤੇ ਦਿਮਾਗ ਦੇ ਵਿੱਚ ਦਰਦ ਹੁੰਦੀ ਸੀ ਕਿ ਉਹ ਠਹਿਜਾ ਸਭ ਠਹਿਜਾ ਯਾਰ ਕੀ ਹੈ, ਪੋਟੇ ਸੁੱਤੇ ਨੇ ਪਤਾ ਹੀ ਨਹੀਂ ਚੱਲਦਾ,
ਕੁਝ ਹੈ ਤੇ ਕੁਝ ਨਹੀਂ ਤਾਖੇ ਸੱਚੀ ਜੀ ਲੀ ਹੈ ਮੈਂ ਕਿਹਾ ਐਮ ਮਾਡਰਨ ਆ ਫੜੀ ਹੈ ਨਾਲੋਂ ਤੇ ਨਹੀਂ ਲੱਗੀ ਬੰਦ ਤੇ ਕੱਚੀ ਲੀ ਹੈ ਤੇ ਜੀ ਹਾਂਜੀ ਵੇਖੋ ਤੁਹਾਨੂੰ ਨਜ਼ਰ ਆਣੀ ਆ ਉਹੀ ਤੇ ਆਖਿਆ ਕਿ ਮੈਂ ਮਾਰੀ ਤੇ ਸੱਚੀ ਵਿੱਚ ਪੱਕੀ ਲਈ ਹੋਈ ਮੈਨੂੰ ਏਡਾ ਚਾਹ ਚੜ ਗਿਆ ਕਿ ਮੈਨੂੰ ਦਿਸਿਆ ਕੁਛ ਯਾਰ ਬਿਸਤਰਿਆਂ ਤੋਂ ਵੀ ਜੂਆਂ ਚੜ ਜਾਂਦੀਆਂ ਨੇ ਆਹੋ ਸਹੀ ਹੁੰਦੀ ਕਿਉਂਕਿ ਹੁਣ ਕੰਬਲ ਤੇ ਮੈਂ ਇਸਤੇਮਾਲ ਕਰਨੀ ਆ ਨਾ ਹੋ ਸਕਦਾ ਬਾਈ ਨਹੀਂ ਤੇ ਉਹ ਮੈਂ ਵਹਿੰਦੀ ਵੀ ਸਾਂ ਨਾ ਵੀ ਪਤਾ ਡਿੱਗ ਜਾਂਦੀ ਉਹ ਟੋਡੀ ਤੇ ਇੰਜ ਤੇ ਨਹੀਂ ਨਾ ਲੀਕ ਐਂਡੇ ਜੇਚ ਤੇ ਨਹੀਂ ਨਾ ਬਣ ਜਾਂਦੀ ਹਾਂ ਜ਼ਾਰੇ ਮੋਟੀ ਜੂ ਹੋਵੇ ਉਹ ਸੁੰਦੀ ਏ ਫਿਰ ਜ਼ਾਰੇ ਕੋਈ ਇੱਕ ਦੋ ਦਿਨ ਤੇ ਬਾਜੀ ਤੁਸੀਂ ਇਹ ਗੱਲ ਕਰਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਾਈਨ ਅਸਲਮ ਨੇ ਜਸਨ ਫੋਤ ਹੋਏ ਮੇਰੀ ਯਾਦ ਹੈ ਤੇ ਮੈਂ ਜਦੋਂ ਮੇਰੇ ਵਾਲ ਖਾਰਸ਼ ਕਰਾਂ ਨਾ ਮੈਂ ਫੌਰਨ ਫੜ ਲੈਣੀ ਆ ਗੋਦੀ ਚੜਿਆ ਪਤਾ ਦਾਦਕੇ ਵੀ ਸਾਰੇ ਕਦੀ ਬਦਰ ਦੇ ਨਾਲ ਜਾਂਦਾ ਪਿਆ ਕਦੀ ਜੁਲੇਦ ਨਾਲ ਜਾਂਦਾ ਪਿਆ ਕਦੀ ਨਾਲ ਦੀ ਫਰਾ ਮਰੀਅਮ ਘਰ ਕੁੱਲਾਂ ਵਾਲੇ ਦਿਨ ਨਾ ਕੁੱਲਾਂ ਤੋਂ ਇੱਕ ਦਿਨ ਪਹਿਲਾਂ ਉੱਥੇ ਖਲੋਤਾ ਖਲੋਤਾ ਹੈ ਨਾ ਖਾਰਸ਼ ਕਰਨ ਲੱਗ ਗਿਆ ਜਿਸ ਦਿਨ ਪਤਾ ਉਹ ਮਕਲਾਵਾ ਸੀ ਮੈਂ ਆਨੀ ਆ ਇੱਕ ਦਫਾ ਕੀਤੀ ਦੋ ਦਫਾ ਮੈਨੂੰ ਇੰਨੀ ਸ਼ਰਮਿੰਦਗੀ ਹੋਣ ਲੱਗ ਗਈ ਔਰਤਾਂ ਹੀ ਬੈਠੀਆਂ ਸਨ ਬਾਜੀ ਬਿਨਾਂ ਕੋ ਨਾ ਅਫਸੋਸ ਵਾਸਤੇ ਆਨੀ ਆ ਕਿ ਇਹ ਇਕਦਮ ਖਾਰਸ਼ ਕਰਨ ਮੇਰੇ ਮੁੰਡੇ ਦਾ ਤੇ ਸਿਰ ਸਾਫ ਹੈ ਕੋਈ ਹੈ ਹੀ ਸਭਾ ਤੇਰੇ ਸੇ ਤੈਨੂੰ ਪਤਾ ਮੈਨੂੰ ਤੇ ਦੇਸਤਾ ਨਹੀਂ ਮੈਂ ਸੁਣਾਉਂਦੀ ਆ ਇਹਨੇ ਸੁਣਾ ਆਏਗੀ ਤੇ ਹੁਣੇ ਵਹਾਈ ਤੱਕ ਨੇੜੇ ਥਾਈ ਖਤਮ ਹੋ ਜਾਣਾ ਵਾਦਾ ਨਾ ਹੋਵੇ ਆ ਮੈਨੂੰ ਹੌਲੀ ਇਕਦਮ ਆਂਦੀ ਜੇ ਜਿਹੜਾ ਨੇ ਖਾਣ ਤੋਂ ਪਹਿਲੇ ਮਰ ਜਾਂਦੀਆਂ ਨੇ ਆਈਵਰ ਮਾਈ ਗੋਲੀ ਹੈ ਉਹ ਖਾਣ ਵਾਲੀ ਹੈ ਪਹਿਲਾਂ ਮੇਰੀ ਗੱਲ ਤੇ ਸੁਣ ਲਓ ਨਾ ਕੋਈ ਨੁਕਸਾਨ ਤੇ ਨਹੀਂ ਨਾ ਨਹੀਂ ਕਿਉਂਕਿ ਮੈਨੂੰ ਸ਼ੂਗਰ ਹੀ ਉਹ ਰਹਾ ਹੈ ਅਜੇ ਫਿਰ ਮੈਨੂੰ ਨਹੀਂ ਜੇ ਪਤਾ ਕਿਉਂਕਿ ਉਹ ਤੇ ਉਹਨਾਂ ਨੇ ਕਿਹਾ ਪਹਿਲਾਂ ਪੁੱਛ ਕੇ ਤੇ ਫਿਰ ਖਾਓ ਬਿਮਾਰ ਹਾਲ ਬੰਦੇ ਤੇ ਜ਼ਹਿਰ ਬਾਜੀ ਖਾਰਸ਼ ਕਰਨ ਲੱਗ ਗਿਆ ਮੈਂ ਉੱਥੇ ਸ਼ਲਾਘਰ ਬਾਜੀ ਭਾਬੀ ਸ਼ਲਾਘਰ ਗਈ ਮੈਂ ਕਿਹਾ ਭਾਬੀ ਬਰੀਕ ਅੰਗੀ ਆਇਆ ਕਹਿੰਦੇ ਨੇ ਨਹੀਂ ਸਭਾ ਨਹੀਂ ਆਇਆ ਮੈਂ ਉੱਥੇ ਕਿਸੇ ਬੱਚੇ ਕੋ ਮੰਗਾਈ ਇੱਕ ਕੰਘੀ ਦੇ ਵਿੱਚੋਂ ਹੋਰੇ 15-20 ਜੂਆ ਤੱਖਾਂ ਨਿਕਲੀਆਂ ਬਰੀਕ ਤੱਕ ਮੇਰੇ ਪੋਟੇ ਤੇ ਕੀ ਹੈ ਕੁਛ ਨਹੀਂ ਕੁਛ ਵੀ ਨਹੀਂ ਆ ਮੈਨੂੰ ਅੱਜ ਰੜਕਿਆ ਸੀ ਮੈਂ ਖਿੱਚਿਆ ਸੀ ਮੈਂ ਲੀਹ ਆਪਣੇ ਮੱਗ ਜੀ ਕੁਝ ਨਹੀਂ ਪੋਟਾ ਗੰਦਾ ਬਸ ਹਾਂਜੀ ਲੀਹ ਨਹੀਂ ਜੀ 15-20 ਤੁਸੀਂ ਕਹਿੰਦੇ ਉਹ ਕਈ ਦਫਾ ਹੁੰਦਾ ਸੂਨ ਵਾਲੀ ਟੁੱਟਦੀ ਟੁੱਟਦੀ ਟੁੱਟ ਜਾਏ ਕਿਸੇ ਦੇ ਸਿਰ 'ਚ ਤੇ ਉੱਥੇ ਉਸੇ ਵਕਤ ਗੰਦ ਉਹ ਇੱਕ ਦਿਨ 'ਚ ਹੋਈ ਜੀ ਜੂ ਹਾਂ ਤੇ ਤੱਖਾਂ ਬਰੀਕ ਤੱਖਾਂ ਹੀ ਬਾਜੀ ਨਿਕਲੀਆਂ ਰਹੀਆਂ ਜਿਵੇਂ ਨਵੀਆਂ ਨਵੀਆਂ ਨਹੀਂ ਹੁੰਦੀਆਂ ਮੈਂ ਤੇ ਉੱਥੇ ਹੀ ਨਾ ਇਹਨੂੰ ਜ਼ਹਿਰ ਨੂੰ ਫੜ ਲਿਆ ਮੈਂ ਕਿਹਾ ਇਹ ਤੇ ਅੱਗੇ ਟੁੱਟਦੀਆਂ ਜਾਣੀਆਂ ਨੇ ਫਿਰ ਮੇਰਾ 2-3 ਦਿਨ ਲਾ ਕੇ ਤੇਰਾ ਸਿਰ ਸਾਫ਼ ਕੀਤਾ ਸੀ ਇਹਨਾਂ ਦਾ ਸਾਫ਼ ਸੀ ਮੈਂ ਨਾ ਇਹ ਮੈਨੂੰ ਜ਼ੈਨੀ ਨੇ ਘੱਲਿਆ ਨਾ ਮੁਦੱਸਰ ਵੱਲ ਸਿਰ ਸੁਰ ਵੇਖ ਕੇ ਮੈਂ ਵਹਾਇਆ ਕਿਉਂਕਿ ਮੈਂ ਧਿਆਨ ਮਰਵਾਉਂਦੀ ਰਹਿੰਦੀ ਹਾਂ ਅਤੇ ਮੇਰਾ ਸਿਰ ਸਾਫ਼ ਮੈਂ ਇਹਨਾਂ ਦੇ ਘਰ ਆ ਕੇ 10-15 ਦਿਨ ਰਹੀ ਸਭਾ ਕਸਮੇ ਮੇਰੇ ਸਿਰ 'ਚ ਉੱਥੇ ਇੰਨੀ ਖੁਸ਼ੀ ਤੇ ਮੇਰੀ ਜਾਨ ਹੀ ਨਹੀਂ ਛੱਡਦੀ ਤੇ ਮੇਰਾ ਮੂੰਹ ਚੁੰਮਦੀ ਮੇਰੇ ਨਾਲ ਇੰਨਾ ਪਿਆਰ ਕਰਦੀ ਮੈਨੂੰ ਜਾਨ ਸਭਾ ਉਹਦੇ ਕੋਲ ਟਾਈਮ ਨਹੀਂ ਯਾਰ ਹੁੰਦਾ ਉਦੋਂ ਹੋਟਲ ਚਲਾਉਂਦੀ ਸੀ ਚਲੋ ਹੁਣ ਦੀ ਨਹੀਂ ਮੈਂ ਹੁਣ ਮੈਂ ਵੇਖਿਆ ਵੀ ਨਹੀਂ ਸਭਾ ਮੈਂ ਗਲਤ ਗੱਲ ਕਿਉਂ ਕਰਾਂ ਲੇਕਿਨ ਉਦੋਂ ਇਹਨਾਂ ਦੋਵਾਂ ਦੇ ਸਿਰ 'ਚ ਬੜੀਆਂ ਜੂਆਂ ਹਾਂ ਅੱਛਾ ਮੈਂ ਉੱਥੇ ਹੀ ਇੰਨੀ ਖਾਰਸ਼ ਕਰਾਂ ਅਤੇ ਮੈਂ ਖੁਰਕਦਿਆਂ ਮੇਰੇ ਹੱਥ 'ਚ ਆ ਗਈ ਜੂ ਲੈ ਉੱਥੇ ਹੀ ਆਈ ਜ਼ੈਨੀ ਫਾਤਮਾ ਰਹੀਆਂ ਨਾ ਰਾਤ ਮੈਂ ਉਹਨੂੰ ਉੱਥੇ ਹੀ ਬਹਿ ਕੇ ਨਹਾਇਆ ਜ਼ਾਹਿਰ ਮੈਂ ਆਉਣਾ ਸੀ ਮੈਂ ਨਹਾ ਕੀਤੀ ਨਾ ਅਤੇ ਮੈਂ ਵਹਾਇਆ ਜ਼ੈਨੀ ਨੂੰ ਜ਼ੈਨੀ ਆਉਂਦੀ ਅੰਮੀ ਸਿਰ ਭਰਿਆ ਅਜੇ ਫਿਰ ਉਹਨੇ ਪਹਿਲਾਂ ਵੇਖ ਕੇ ਕੱਢਿਆ ਵੇਖ ਕੀ ਕਿ ਕੁਝ ਹੋਵੇ ਬੋਲ ਅੱਛਾ ਅਤੇ ਉਹ ਨਾ ਫਿਰ ਉਹਨੇ ਮੇਰੇ ਘਰ ਜਾ ਕੇ ਅਤੇ ਮੈਂ ਕਿਉਂਕਿ ਕੱਢਾਂ ਉਹਨਾਂ ਦੇ ਸਿਰ 'ਚ ਅਤੇ ਮੇਰੇ ਹੱਥ 'ਚ ਆਪ ਹੀ ਜੂਆਂ ਆ ਜਾਂ ਵੱਜ ਜੂਆਂ ਪਤਾ ਕਿੰਝ ਪੈਂਦੀਆਂ ਨੇ ਹਾਂ ਇੱਕ ਤੇ ਬੱਚਿਆਂ ਦਾ ਸਿਰ ਆਪ ਹੀ ਸਾਫ਼ ਕਰੋ ਉਹਨਾਂ ਨੂੰ ਨਵਾਓ ਆਪ ਹੀ ਨਵਾਓ ਆਹੋ ਅਤੇ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਉਹ ਤਾਂ ਸਵੇਰੇ ਉੱਠ ਕੇ ਅਤੇ ਨਾਸ਼ਤਾ ਸਰਗੀ ਵੇਲੇ ਬਣਾਉਂਦੀ ਸੀ ਤੇ ਕਿਹਦੇ ਨਾਲ ਇਹਨਾਂ ਨਵਾਓ ਅਤੇ ਨਾਲ ਜੂਹੀ ਉਹ ਖਾਰਸ਼ ਕਰਦੇ ਨੇ ਬਰੀਕ ਹੰਗੀ ਲੈ ਕੇ ਉਹਨਾਂ ਨੂੰ ਫਿਰ ਉਸੇ ਵਕਤ ਫਿਰ ਐਨ ਆਰ ਈ ਵੀ ਵਿਚਾਰੀ ਕਰਦੀ ਸੀ ਅਤੇ ਕਿਉਂਕਿ ਉਹ ਵੀ ਉਹਦੀ ਪੜ੍ਹਾਈ ਬਾਈ ਹੁਣ ਉਹ ਸਖਤ ਹੈ ਨਾ ਛੋਟੀ ਹੈ ਹਾਂ ਮੈਂ ਨਹੀਂ ਕੱਪੜੇ ਧੋਂਦੀ ਸੁੱਕਣੇ ਪਾਉਂਦੀ ਉਹ ਪ੍ਰੈਸ ਵੀ ਸੁਬਾਹ ਕਰਦੀ ਸੀ ਬੱਚਿਆਂ ਦਾ ਇਸ ਗੱਲ ਹੋਵੇ ਕਿ ਲੱਗੀ ਰਹਿੰਦੀ ਹੈ ਕਾਲੀ ਨਹੀਂ ਪੈਂਦੀ ਇਹ ਆਉਂਦੇ ਸਨ ਐਨ ਆਰ ਈ ਵੀ ਇਹ ਗਰਮ ਕਰਕੇ ਲਾਓ ਯੇ ਲਾਓ ਆਖਣਾ ਤਾਂ ਨਹੀਂ ਕਿ ਮੈਂ ਤੁਹਾਡੀ ਨੌਕਰ ਲੱਗੀ ਹਾਂ ਜਾਂ ਮੈਂ ਇਹ ਨਹੀਂ ਕਰਨਾ ਜਿਸ ਪਾਸੇ ਲਾਉਂਦੇ ਇਹ ਇਹ ਰਹਿਣੇ ਤਾਂ ਔਰ ਲੈ ਕੇ ਆਓ ਉਹਨੇ ਫਿਰ ਉਹ ਤੁਰ ਜਾਣਾ ਮਾਂ ਨੇ ਆਖ ਜਾਣਾ ਉਹ ਨਹੀਂ ਮੈਂ ਕਿਹਾ ਬੜੀ ਸਾਬਰ ਹੈ ਭਾਈ ਬੱਚੀ ਮਾਸ਼ਾਅੱਲਾ ਅੱਲਾਹ ਤਾਲਾ ਨੂੰ ਸੇਵ ਪਿੱਛੇ ਕਰੇ ਹਾਂ ਅਤੇ ਹੈ ਵੇਖਿਆ ਸ਼ਕਲ ਕਿੱਡੀ ਮਾਸੂਮ ਜਿਹੀ ਸੂ ਅਤੇ ਉਹ ਮੈਂ ਫਿਰ ਤੈਨੂੰ ਦੱਸਿਆ ਨਾ ਕਿ ਇੰਨੀ ਕੁ ਜੂ ਤੋਬਾ ਅਤੇ ਮੇਰੇ ਤਾਂ ਉਹ ਜਾਨ ਹੀ ਨਹੀਂ ਸੀ ਛੱਡਦੀ ਖੁਸ਼ੀ ਪਤਾ ਚਿਪਕੂ ਬੜੀ ਹੈ ਅਤੇ ਕਸਮੇ ਇੱਕ ਕੋਲੋਂ ਮੈਂ ਆਪਣੀ ਕਮੀਜ਼ ਦੀ ਕੰਨੀ ਛਡਾਈ
ਕਿਉਂਕਿ ਮੈਂ ਉਹ ਫਾਤਮਾ ਦੀ ਹੀ ਮੇਰਾ ਪੇਪਰ ਵੀ ਆ ਬਾਈਆਂ ਦਿਨਾਂ ਨੂੰ ਅਤੇ ਮੈਂ ਤਿਆਰੀ ਕਰਨੀ ਹੈ ਅਤੇ ਮੈਂ ਫਿਰ ਉੱਥੇ ਮੇਰੇ ਕੋਲ ਖਲੋਤਾ ਨਹੀਂ ਸੀ ਜਾਂਦਾ ਪਿਆ ਮੈਂ ਕਿਹਾ ਭਾਈ ਮੇਰੀ ਧੀ ਦੀ ਮੇਰੀ ਵਜ੍ਹਾ ਤੋਂ ਸੈਪਲੀ ਆਏ ਜਾਂ ਭਾਈ ਰਹਿ ਜੇ ਤਾਂ ਕਿਉਂ ਰਵੇ ਅਤੇ ਮੈਂ ਤੁਰਾਂ ਤਾਂ ਪਹਿਲਾਂ ਤਾਂ ਦੱਸਣ ਨਾ ਜਾਣਦੇ ਆਖੇ ਮੈਂ ਜਾਣਾ ਮੈਂ ਨਵੀਂ ਦੁਕਾਨ ਉੱਥੇ ਸੜਕ 'ਤੇ ਖੜਨੀ ਹੈ ਅਤੇ ਤੂੰ ਹਾਂ ਮੇਰਾ ਇਫਤਤਾਹ ਕਰਕੇ ਜਾਣਾ ਮੈਂ ਕਿਹਾ ਵੱਡੇ ਭਰਾ ਨੂੰ ਬੁਲਾਈ ਭਾਈ ਅਤੇ ਉਹਨੂੰ ਕਰ ਲਈ ਮੈਂ ਘਰ ਜਾਣਾ ਮੇਰਾ ਜ਼ਰੂਰੀ ਹੈ ਮੇਰੀਆਂ ਜਵਾਨ ਧੀਆਂ ਮੈਂ ਛੱਡ ਕੇ ਇੱਥੇ ਬਹਿਰਾ ਮੈਨੂੰ ਕੌਣ ਸਿਆਣਾ ਆ ਕੇ ਜਿਵੇਂ ਹੁਣ ਰਾਤੀ ਆਉਂਦਾ ਸੀ ਨਾ ਇੱਥੇ ਉਹ ਤਾਂ ਇੱਥੋਂ ਦੇ ਹੀ ਹੋ ਕੇ ਰਹੇ ਪਿੱਛੇ ਤੁਸੀਂ ਬੜੇ ਪਿੱਛੇ ਹੀ ਹੋ ਲਏ ਅਤੇ ਹਲੇ ਜਾਣਨ ਫਾਤਮਾ ਦੇ ਬਹਾਨੇ ਨਾ ਬਣਾਓ ਆਏ ਹੋ ਮੁਕੱਦਸ ਕੋ ਤੁਸਾਂ ਇੰਜੋਏ ਕਰਨਾ ਅਤੇ ਤੁਸਾਂ ਜਾਣਾ ਨਹੀਂ ਹਲੇ ਇਹੋ ਹੀ ਜ਼ਿੰਦਗੀ ਹੈ ਹੋਰੇ ਕੀ ਇੰਜ ਦੇ ਲੈਕਚਰ ਦਿੰਦਾ ਸੀ ਮੈਂ ਕਿਹਾ ਅੱਛਾ ਚਲੋ ਉਹਨੂੰ ਮੈਂ ਨਹੀਂ ਉਹਦੇ ਨਾਲ ਬਹਿਸ ਕੀਤੀ ਮੈਂ ਕਿਹਾ ਠੀਕ ਹੈ ਮੈਂ ਨਹੀਂ ਜਾਂਦੀ ਅਤੇ ਕਿਹਦੇ ਨਾਲ ਨਾ ਮੈਂ ਤਾਂ ਉਹਦੇ ਕੋਲ ਜਾਨ ਛਡਾਈ ਫਿਰ ਜੁਨੇਦ ਨੇ ਫੜ ਲਈ ਫਰਾਕ ਦੀ ਕਮੀਜ਼ ਮੇਰੀ ਦੀ ਕੰਨੀ ਉਹਨਾਂ ਕੋਲ ਛਡਾਈ ਆਇਆ ਹੈ ਫਾਤਮਾ ਤਾਂ ਛੱਡੇ ਹੀ ਨਾ ਰੋਏ ਆਖੇ ਪੁੱਪੂ ਮੈਨੇ ਨਹੀਂ ਆਪ ਕੋ ਜਾਣ ਦੇਣਾ ਮੇਰਾ ਨਹੀਂ ਦਿਲ ਕਰਤਾ ਆਪ ਜਾਓ ਮੈਂ ਕਿਹਾ ਮੇਰੀ ਬੇਟੀਆਂ ਦੋ ਹੈ ਬੇਟਾ ਤੂੰ ਆਪ ਉਨਕੋ ਵੀ ਲੈ ਆਓ ਮੈਂ ਕਿਹਾ ਇੱਕ ਟੀਚਰ ਹੈ ਦੋਵੇਂ ਟੀਚਰ ਹਨ ਉਹਦੇ ਮੈਂ ਕਿਹਾ ਉਹ ਟੀਚਰ ਹੈ ਤੂੰ ਉਹ ਛੋੜ ਕੇ ਤੈਨੂੰ ਤੂੰ ਆਪ ਰਹਿਣੇ ਦਿਓ ਉਹ ਖਾਣਾ ਬਣਾ ਲੈਤੀ ਆਪ ਇੱਦਾਂ ਹੀ ਰਹੋ ਮੈਂ ਬੜੇ ਮਲਾਪਟਾ ਨਾਲ ਅੱਲਾਹ ਦੀ ਕਿਸਮ ਜਾਨ ਛੁਡਾ ਕੇ ਗਈ ਕਿ ਮੇਰਾ ਬੰਦਾ ਕਾਂਸਾ ਚਾਹੁੰਦਾ ਹੁਣ ਇੱਥੇ ਰਹਿ ਨਾ ਭਾਈ ਚੁੱਪ ਕਰਕੇ ਤੁਰ ਅਤੇ ਤੂੰ ਜਿਹੜਾ ਭਰਾਵਾਂ ਘਰ ਮੈਂ ਥੱਲੇ ਮਾਰ ਲੈਨੀ ਹੈ ਨਾ ਅਤੇ ਚੱਲ ਘਰ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਮੇਰਾ ਮੀਆਂ ਹੈ ਘਰ ਅਤੇ ਮੈਂ ਕਿਹਾ ਧੀਆਂ ਜਵਾਨ ਛੱਡ ਕੇ ਆਈ ਮੈਂ ਕਿਹਾ ਆਪ ਹੀ ਤਾਂ ਆਉਂਦੇ ਉਦੋਂ ਵੀ ਆਉਂਦੇ ਹਨ ਆਪ ਹੀ ਤਾਂ ਆਉਂਦੇ ਹੋ ਜਾ ਕੇ ਰਹਿ ਗਏ ਨਹੀਂ ਬੜਾ ਹੈ ਨਾ ਚੱਲ ਹੁਣ ਇਸ ਤੋਂ ਵੱਧ ਨਹੀਂ ਰਹਿਣਾ ਅਤੇ ਮੈਂ ਕਿਹਾ ਅੱਛਾ ਚਲੋ ਠੀਕ ਮੈਂ ਤਾਂ ਨਾਲ ਮਨਜ਼ੈਨ ਨੇ ਵੀ ਆਖਿਆ ਅੰਮੀ ਘਰ ਆ ਜਾਓ ਬੜਾ ਇੰਨਾ ਚਿਰ ਨਹੀਂ ਰਹੀਦਾ ਆਪਣੇ ਘਰ ਵੱਲ ਵੀ ਤਵੱਜੋ ਦੇਈਦੀ ਹੈ ਅਤੇ ਫਾਤਮਾ ਆਖੇ ਮੇਰਾ ਪੇਪਰ ਮੈਂ ਫਿਰ ਆ ਗਈ ਮੈਂ ਬੜੇ ਅਤੇ ਮੈਂ 15 ਦਿਨਾਂ ਦਾ ਵਾਅਦਾ ਕਰਕੇ ਅੱਲਾ ਦੀ ਕਸਮ ਆਈ ਸਾਂ ਤਾਂ ਛੱਡਿਆ ਸੀ ਜਨੇ ਅਤੇ ਇਹਨਾਂ ਸਾਰਿਆਂ ਮੇਰੇ ਪੱਲੇ ਅਤੇ ਫਿਰ 15 ਦਿਨਾਂ ਬਾਅਦ ਫੋਨ ਕੀਤਾ ਜਨੇਦ ਅਹਿਮਦ ਨੇ ਹਾਂ ਫੁੱਫੋ ਤੁਹਾਡੇ 15 ਦਿਨ ਪੂਰੇ ਨਹੀਂ ਹੋਏ ਮੈਂ ਕਿਹਾ ਅੱਛਾ ਚਲੋ ਅਗਲੇ ਹਫ਼ਤੇ ਆਵਾਂਗੀ ਅਗਲੇ ਹਫ਼ਤੇ ਕਿੱਧਰ ਮੈਂ ਕਿਹਾ ਹੁਣ ਮਹੀਨੇ ਬਾਅਦ ਆਵਾਂਗੀ ਪੁੱਤਰ ਇਸ ਤਰ੍ਹਾਂ ਤਾਂ ਫੁੱਫੋ ਬੜੇ ਬਹਾਨੇ ਨੇ ਤੁਹਾਡੇ ਕੋਲ ਤੁਸੀਂ ਬੜਾ ਵਾਈ ਬਹਾਨੇ ਬਣਾ ਲੈਂਦੇ ਹੋ ਮੈਂ ਕਿਹਾ ਪੁੱਤਰ ਮੇਰੀ ਮਜਬੂਰੀ ਹੈ ਵੇਖਾ ਹੁਣ ਮੈਂ ਧੀਆਂ ਛੱਡ ਕੇ ਤਾਂ ਨਹੀਂ ਨਾ ਜਾ ਸਕਦੀ ਅਤੇ ਫਿਰ ਮੈਂ ਭਾਈ ਜਾਨ ਛੁਡਾਈ ਇਹਨਾਂ ਆਖੇ ਮੈਂ ਤੁਹਾਨੂੰ ਕੱਪੜੇ ਨਹੀਂ ਲੈ ਕੇ ਦੇਣੇ ਜੇ ਤੁਸੀਂ ਤੁਰ ਗਏ ਮੈਂ ਕੋਈ ਗੱਲ ਨਹੀਂ ਹਰ ਵਾਰ ਜ਼ਰੂਰੀ ਭਰਾਵਾਂ ਕੋਲ ਕੱਪੜੇ ਲੈ ਕੇ ਜਾਈਏ ਅਤੇ ਉਹਨੇ ਮੈਨੂੰ ਰੋਜ਼ਾਨਾ ਨਾ 100 ਰੁਪਇਆ ਦਿੰਦਾ ਸੀ ਅੱਛਾ ਹੋਇਆ ਸੀ ਮੇਰੇ ਕੋਲ 1500 ਰੁਪਈਆ ਮੈਂ ਕਿਹਾ ਮੇਰੇ ਕੋਲ ਤੇਰੇ ਦਿੱਤੇ ਹੀ ਮੇਰੇ ਕੋਲ ਹੈ ਨਹੀਂ ਪੈਸੇ ਬੜੇ ਨੇ ਮੇਰੇ ਵੀਰਾ ਕੋਈ ਨਹੀਂ ਜ਼ਰੂਰ ਸੂਟ ਲੈ ਕੇ ਦੇਣ ਦੀ ਨਿੱਕੇ ਨਿੱਕੇ ਬੱਚੇ ਨੇ ਦਿਲ ਕਰਦਾ ਇਸ ਤਰ੍ਹਾਂ ਕਿਰਾਏ 'ਤੇ ਬੈਠਾ ਉੱਤੋਂ ਹੋਰ ਬੜੀਆਂ ਟੈਨਸ਼ਨਾਂ ਮੈਂ ਕਿਹਾ ਮੈਂ ਲੈਣਾ ਵੀ ਨਹੀਂ ਸੀ ਤੇਰੇ ਕੋਲ ਸੂਟ ਅਤੇ ਮੈਂ ਕਿਹਾ ਨਾਲੇ ਤੇਰੇ ਦਿੱਤੇ ਆ ਮੇਰੇ ਕੋਲ 1500 ਹੋਇਆ ਫਿਰ 500 ਹੋਰ ਜ਼ੈਨੀ ਨੂੰ ਦਿੱਤੋ ਸੂ ਅਤੇ ਚਲੋ ਡੱਬਾ ਉਹਨੇ ਮੈਨੂੰ ਐਡਾ ਘਿਓ ਦਾ ਭਰ ਦਿੱਤਾ ਉਹ 3 ਕਿਲੋ ਤਾਂ ਹੋਏਗਾ ਹੀ ਦੇਸੀ ਘਿਓ ਦਾ ਮੈਂ ਕਿਹਾ ਇੰਨਾ ਕੁਛ ਤਾਂ ਦੇਸੜੇ ਸੂਟ ਪਿੱਛੇ ਰਿਹਾ ਅਤੇ ਨਹੀਂ ਤੁਹਾਡਾ ਹਦਾਰ ਹੈ ਮੇਰੇ ਤੋਂ ਮੈਂ ਮੇਰਾ ਕੋਈ ਤੇਰੇ ਤੋਂ ਹਦਾਰ ਨਹੀਂ ਤੂੰ ਰਹਿਣ ਦੇ ਜਿੰਨਾ ਦੇਸੜਿਆ ਐਡਾ ਹੱਦ ਮੈਂ ਕਿਹਾ ਮੈਨੂੰ ਨਜ਼ਰ ਆਉਂਦਾ ਤਾਂ ਮੈਂ ਆਪ ਹੀ ਲੈ ਲਾਂ ਭੈਣਾ ਮੈਂ ਕਿਹਾ ਭੈਣਾ ਨੂੰ ਦੇਸਦਾ ਹੁੰਦਾ ਅਤੇ ਫਿਰ ਭਾਈ ਮੈਂ ਉਸ ਤੋਂ ਬਾਅਦ ਮੈਂ ਨਹੀਂ ਰਹਿਣ ਗਈ ਮੇਰੀ ਸੱਸ ਆਉਂਦੀ ਹੁੰਦੀ ਸੀ ਅੱਲਾ ਬਾਈ ਬਖਸ਼ੇ ਨੇ ਆਉਂਦੀ ਸੀ ਜਿਹੜੇ ਮਰਦ ਨਾਲ ਨਿਕਾਹ ਹੋਵੇ ਨਾ ਧੀਏ ਤੂੰ ਮੇਰੀ ਨੂੰਹ ਹੈ ਨਾ ਲੇਕਿਨ ਮੈਂ ਆਪਣੀਆਂ ਧੀਆਂ ਨੂੰ ਵੀ ਆਉਂਦੀ ਹਾਂ ਉਸ ਔਰਤ ਦੀ ਜ਼ਿੰਮੇਦਾਰੀ ਹੁੰਦੀ ਹੈ ਜਿਹਦੇ ਨਾਲ ਨਿਕਾਹ ਹੋਇਆ ਨਾ ਉਹਦੀ ਸਿਹਤ ਦਾ ਵੀ ਖਿਆਲ ਰੱਖੇ ਅਤੇ ਉਹਦੇ ਪੇਟ ਦਾ ਵੀ ਖਿਆਲ ਰੱਖੇ ਅਤੇ ਉਹ ਜਨਾ 'ਚ ਤੱਜ ਜਾਂਦੀ ਹੈ ਤੇਰੇ ਪਿਓ ਨਾਲ ਮੇਰਾ ਵਿਆਹ ਹੋਇਆ ਨਾ ਮੈਂ ਜਿਸ ਦਿਨ ਵਿਆਹ ਕੇ ਆਵੇ ਹੈ ਨਾ ਮੈਨੂੰ ਆਪ ਹੀ ਜਾ ਕੇ ਛੱਡ ਕੇ ਆਏ ਹਾਂ ਕਿਉਂਕਿ ਉਹਦਾ ਮਾਂ ਪਿਓ ਦਾ ਆਦਤ ਸੀ ਕਿ ਜਾ ਹੁਣ ਇਹਨੂੰ ਪੇਕੇ ਛੱਡਿਆ ਕੋ ਦੋ ਮਹੀਨੇ ਵਾਲੇ ਅਤੇ ਆਉਂਦੀ ਹੈ ਛੱਡ ਤੇ ਆਉਂਦੇ ਹਨ ਅਤੇ ਫਿਰ ਆਪ ਫੇਰੇ ਮਾਰਦੇ ਹਨ 15 ਦਿਨ ਲੁੱਕ ਕੇ ਜਾਂਦੇ ਆ ਅਤੇ ਮੇਰਾ ਹਾਂ ਮੇਰਾ ਇਹ ਦਿਲ ਨਹੀਂ ਸੀ ਕਰਦਾ ਜਾਣ 'ਤੇ ਪੇਕੇ ਮਾਂ ਨਹੀਂ ਸਨ ਹੈ ਭਰਜਾਈਆਂ ਭਰਾ ਹਨ ਚਲੋ ਠੀਕ ਹੈ ਜੋ ਵੀ ਸੀ ਅੰਸੀ ਮੈਨੂੰ ਆਪ ਹੀ ਛੱਡ ਕੇ ਆਉਂਦੇ ਹਨ ਅਤੇ ਮੈਂ ਜਾਂਦੀ ਹਾਂ ਮੈਂ ਕਦੀ ਨਹੀਂ ਸੀ ਆਖਿਆ ਪੇਕੇ ਜਾਣਾ ਕਿਉਂਕਿ ਇਹ ਮੇਰਾ ਮੈਨੂੰ ਵੱਡਿਆਂ ਨੇ ਸਿਖਾਇਆ ਕਿ ਜਿਹਦਾ ਨਿਕਾਹ ਹੋਏ ਉਹਦਾ ਹਰ ਵੇਲੇ ਕੋਲ ਰਵੋ ਅਤੇ ਉਹਦਾ ਖਿਆਲ ਰੱਖੋ ਹੱਬੀ ਨਬੀ ਤਾਂ ਇਨਸਾਨ ਦੇ ਨਾਲ ਹੁੰਦੀ ਹੈ ਰੀਜ਼ਕ ਇਹ ਨਸੀਬਾਂ ਦਾ ਔਰਤ ਦਾ ਹੁੰਦਾ ਅਤੇ ਮਰਦ ਦੀ ਇਹ ਨਾ ਪਿੱਛਾ ਨਹੀਂ ਕਰੀਦਾ ਗਿਆ ਅਤੇ ਉਹ ਭਾਈ ਚਲੋ ਜਵਾਨੀ ਵੇਲੇ ਤਾਂ ਮੈਂ ਜਾ ਕੇ ਰਹੀ ਹਾਂ ਬਥੇਰਾ 'ਚ ਹੁਣ ਮੈਂ ਨਹੀਂ ਧੀਆਂ ਕੋਲ ਨਹੀਂ ਹੈ ਘਰ ਅਤੇ ਹੁਣ ਇਕੱਲਾ ਹੀ ਹੈ ਅਤੇ ਇਸ ਲਈ ਜਿੰਨਾ ਚਿਰ ਭਾਈ ਜ਼ਿੰਦਗੀ ਇਕੱਠੇ ਰਹੋ
ਇਹ ਨਾ ਹੋਵੇ ਕਿ ਮੈਨੂੰ ਰਸਤੇ 'ਚ ਕੁਛ ਹੋਈਏ ਤੇ ਘਰ ਆ ਕੇ ਮੈਂ ਨਾ ਘੱਲਦਾ ਤੇ ਇੰਝ ਹੁੰਦਾ ਤੇ ਮੈਨੂੰ ਇਹ ਹੁੰਦਾ ਮੈਂ ਨਾ ਛੱਡ ਕੇ ਹੁੰਦੀ ਤੇ ਨਾ ਇੰਝ ਹੁੰਦਾ ਹੋਵੇ ਹਾਂ ਸਾਹਮਣੇ ਹੀ ਹੋਵੇ ਜੋ ਹੋਵੇ ਇਹ ਗੱਲ ਮੈਂ ਨਹੀਂ ਤੇ ਅੱਗੋਂ ਹੁਸ਼ਤਾ ਕਰਦੀਆਂ ਰਾਣੀ ਵੀ ਤੇ ਇਹ ਮੇਰਾ ਭਰਾ ਦੱਸਾਂ ਜਿਹੜਾ ਦਰਬਸ਼ਰ ਵੀ ਆਉਂਦਾ ਸੀ ਆਉਂਦਾ ਸੀ ਆਹੋ ਜੀ ਹੁਣ ਭਾਈ ਸਾਡੀ ਆਪਾਂ ਬੜੇ ਸਿਆਣੇ ਹੋ ਗਏ ਮੈਂ ਕਿਹਾ ਮੈਂ ਤਾਂ ਪਹਿਲੇ ਵੀ ਸਿਆਣੀ ਹਾਂ ਨਹੀਂ ਕੁਝ ਹੁਣ ਜ਼ਿਆਦਾ ਸਿਆਣੇ ਹੋ ਗਏ ਮੈਂ ਚਲੋ ਸਿਆਣਾ ਹੋਣਾ ਚਾਹੀਦਾ ਅੱਲਾ ਤੁਹਾਨੂੰ ਵੀ ਤੰਦਰੁਸਤੀ ਦੇ ਤੁਹਾਨੂੰ ਵੀ ਸਲੂਕ ਆਪਣੇ ਘਰ ਨੂੰ ਸਾਰੇ ਸਿਆਣੇ ਹੋਏ ਵਾਜੀ ਮਜ਼ੂਰਾ ਕਦੋਂ ਛੱਡ ਕੇ ਆਉਂਦੇ ਹੁੰਦੇ ਹਨ ਭਾਵ ਜੀ ਨੂੰ ਹਾਲੇ ਕਿ ਜਵਾਨੀ ਇਹਨਾਂ ਦੀ ਸੋਹਣੀ ਨਹੀਂ ਗੁਜ਼ਰੀ ਉਹੀ ਗੱਲ ਨਾ ਕਰਾਉਂਦਿਆਂ ਤਾਂ ਉਹਦੀ ਬਾਜੀ ਨੇ ਪਹਿਲਾਂ ਕੱਢੀ ਫਿਰ ਚਲੋ ਖੁੱਭ ਗਈ ਜਦੋਂ ਔਲਾਦ ਹੋ ਗਈ ਉਹ ਅਤੇ ਨਹੀਂ ਤਾਂ ਪਹਿਲਾਂ ਆਉਂਦੇ ਹੁੰਦੇ ਹਨ ਮੈਂ ਰੋਂਦੀ ਆਉਂਦੀ ਹੁੰਦੀ ਹਾਂ ਅਤੇ ਹੱਸਦੀ ਜਾਂਦੀ ਹੁੰਦੀ ਹਾਂ ਬਾਜੀ ਮਨਜ਼ੂਰਾਂ ਕਿੱਥੇ ਭਾਵ ਜੀਤ ਕਿੱਥੇ ਹੈ ਬੁੱਢਾ ਹੋ ਕੇ ਬਵਾ ਦਾ ਰੰਗ ਨਾ ਕੋਈ ਸਾਵਲਾ ਹੋ ਗਿਆ ਸੀ ਕਾਲਾ ਨਹੀਂ ਜਦੋਂ ਜਵਾਨ ਸੀ ਉਦੋਂ ਕਾਲਾ ਸਿਆਹ ਰੰਗ ਸੀ ਘਰ ਲੈ ਕੇ ਗਿਆ ਬਾਜੀ ਮਨਜ਼ੂਰਾਂ ਨੇ ਆਖਿਆ ਖੋਲ ਕੇ ਤੇ ਵੇਖੀ ਜਾਂਦਾ ਨਹੀਂ ਖੋਲਣਾ ਜਿਹਦੀ ਅਮਾਨ ਹੈ ਤੇ ਅੱਪੜ ਜਾਏਗਾ ਹੋਰ ਇੱਕ ਦੋ ਦਿਨ ਉਹ ਸੱਚੀ ਮੁੱਚੀ ਅੱਡੇ ਤੇ ਗੱਲ ਕੀਤੀ ਤੇ ਉਹ ਲੱਭਦਾ ਫਿਰਦਾ ਸੀ ਵਿਚਾਰੋ ਬਾਹਰੋਂ ਸਮਾਨ ਹੈ ਉਹਦੇ ਕਵੇ 'ਚ ਦੋ ਤਰੇ ਸੱਟ ਹਨ ਸੈੱਟ ਹਨ ਸੋਨੇ ਦੇ ਕੀਮਤੀ ਕੀਮਤੀ ਚੀਜ਼ਾਂ ਹਨ ਪੈਸੇ ਵੀ ਸਨ ਤੇ ਉਹ ਇਹਨਾਂ ਆਖਿਆ ਕਿ ਯਾਰ ਟੱਚ ਮੇਰੇ ਕੋਲ ਹੈ ਸਹੀ ਇਹ ਸਮਾਨ ਪਰ ਨਿਸ਼ਾਨੀ ਦੱਸੋ ਅਤੇ ਜੇ ਸਹੀ ਹੋਇਆ ਤਾਂ ਅਮਾਨਤ ਅਮਾਨਤ ਵਾਲਿਆਂ ਕੋਲ ਪਹੁੰਚ ਜਾਏਗੀ ਫਿਰ ਉਹ ਉਹਦੇ ਨਾਲ ਘਰ ਆਇਆ ਉਹਨੇ ਦੱਸਿਆ ਇਸ ਤਰ੍ਹਾਂ ਦਾ ਟੱਚ ਹੀ ਕਿਸੇ ਕਿਉਂਕਿ ਇਹਨਾਂ 'ਤੇ ਖੋਲ੍ਹਿਆ ਵੀ ਨਹੀਂ ਸੀ ਬਥੇਰਾ ਬਾਜੀ ਆਉਂਦੀ ਸੀ ਮੈਨੂੰ ਖੋਲ੍ਹ ਕੇ ਤੇ ਵੇਲੇ ਨਾਲ ਭਾਅ ਨੂੰ ਜਿਵੇਂ ਬਾਜੀ ਦੀ ਆਦਤ ਸੀ ਨਾ ਉੱਤਰਾ ਖਾਂਦੀ ਅਤੇ ਇਸ ਤਰ੍ਹਾਂ ਤਾਂ ਭਾਅ ਨੇ ਆਖਿਆ ਨਹੀਂ ਖੋਲ੍ਹਣਾ ਹੀ ਅਤੇ ਉਹਨੇ ਖੋਲ੍ਹ ਕੇ ਵਾਹਿਆ ਉਹਨੇ ਆਖਿਆ ਯਾਰ ਵੇਖ ਵਿੱਚ ਇੰਨੇ ਹਜ਼ਾਰਾਂ ਦਾ ਸਮਾਨ ਸੀ ਲੱਖਾਂ ਦਾ ਅਤੇ ਤੂੰ ਤੇਰੀ ਦਿੰਦੇ ਹਨ ਫਿਰ ਕੋਈ ਹਜ਼ਾਰ ਰੁਪਈਆ ਮੇਰੇ ਹੱਲ ਦਿੰਦਾ ਸੀ ਭਾਅ ਨੇ ਆਖਿਆ ਨਹੀਂ ਤੇਰੀ ਅਮਾਨਤ ਸੀ ਮੈਂ ਇਹਦਾ ਵਿੱਚ ਕੁਛ ਵੀ ਨਹੀਂ ਮੇਰਾ ਅਤੇ ਮੈਂ ਨਹੀਂ ਲੈਣਾ ਕਿੰਨੀ ਅੱਛੀ ਗੱਲ ਮੈਂ ਨਹੀਂ ਬਹੁਤ ਇਮਾਨ ਦੀ ਪੁਖਤਗੀ ਨਜ਼ਰ ਆਉਂਦੀ ਹੈ ਕਿ ਭਾਈ ਖੋਲ੍ਹ ਕੇ ਵੀ ਨਹੀਂ ਵੇਖਿਆ ਮੇਰੇ ਦਿਲ ਕਰਦਾ ਤਾਂ ਬੰਦਾ ਵਿੱਚੋਂ ਕੱਢ ਲੈਂਦਾ ਨਹੀਂ ਹਾਂ ਖੋਲ੍ਹ ਕੇ ਦੱਸਦਾ ਹੀ ਨਾ ਕਿਸੇ ਨੂੰ ਲੋਕਾਂ ਦੇ ਇਮਾਨ ਜਿਹੜੇ ਹਾਂ ਬੜੇ ਬੜੇ ਲੋਕਾਂ ਦੇ ਇਮਾਨ ਪੱਕੇ ਵੀ ਨੇ ਮੈਂ ਕਿਤੇ ਨਾ ਇੱਕ ਵਾਕਿਆ ਪੜ੍ਹਨੀ ਸਾਂ ਵੀ ਇਮਾਮ ਮਸਜਿਦ ਬਾਹਰ ਦੇ ਮੁਲਕ ਨਾ ਇੱਕ ਇਮਾਮ ਮਸਜਿਦ ਸੀ ਮਤਲਬ ਇੰਗਲੈਂਡ ਵਾਲੀ ਸਾਈਡ 'ਤੇ ਨਾ ਅਤੇ ਇਮਾਮ ਮਸਜਿਦ ਨੇ ਰੋਜ਼ ਜਾਣਾ ਕਰਨਾ ਗੱਡੀ 'ਤੇ ਅਤੇ ਜਿਹੜਾ ਕਲੀਨਰ ਟਾਈਪ ਹੁੰਦਾ ਜਿਹੜਾ ਉਹਨੇ ਰੋਜ਼ ਉਹਨੂੰ ਪਤਾ ਸੀ ਕਿ ਇਮਾਮ ਮਸਜਿਦ ਫਲਾਂ ਮਸਜਿਦ ਵਿੱਚ ਨਾ ਮੁਸਲਮਾਨ ਹੈ ਉਹਨੇ ਇੱਕ ਦਿਨ ਨਾ ਚੈੱਕ ਕਰਨ ਵਾਸਤੇ ਨਾ ਇਮਾਮ ਮਸਜਿਦ ਨੂੰ ਨਾ ਪੈਸੇ ਜ਼ਿਆਦਾ ਦੇ ਛੱਡੇ ਮਤਲਬ ਵਾਪਸੀ 'ਤੇ ਨਾ ਜਿਹੜਾ ਉਹ ਦੇਈਦਾ ਕਿਰਾਇਆ ਪੈਸੇ ਜ਼ਿਆਦਾ ਅਬ ਹੁਣ ਇਮਾਮ ਮਸਜਿਦ ਨਾ ਬਹਿ ਕੇ ਜ਼ਿਹਨ 'ਚ ਸੋਚਦਾ ਪਿਆ ਕਿ ਮੈਨੂੰ ਦਾਂ ਕਿ ਨਾ ਦਾਂ ਨਹੀਂ ਦਿੰਦਾ ਇੰਨੇ ਤਾਂ ਮਤਲਬ ਸਵਾਰੀਆਂ ਨੇ ਉਹਨੂੰ ਕਿਹੜਾ ਯਾਦ ਹੋਣਾ ਹੈ ਫਿਰ ਸੋਚਿਆ ਕਿ ਦੇ ਦੇਣਾ ਵਾ ਫਿਰ ਮਤਲਬ ਇਮਾਨ ਅੱਲਾ ਨੂੰ ਤਾਂ ਪਤਾ ਹਾਂ ਇਮਾਨ ਨਾਲ ਡਿੱਗ ਮੰਗਾਉਂਦਾ ਵੀ ਇਮਾਮ ਮਸਜਿਦ ਹਾਫਜ਼ ਵੀ ਸੀ ਮੇਰੇ ਹਾਲ 'ਚ ਅਤੇ ਕਹਿੰਦੇ ਨੇ ਫਿਰ ਹੋ ਸਕਦਾ ਭੁੱਲ ਗਿਆ ਏ ਹੋ ਸਕਦਾ ਮੈਨੂੰ ਨਾ ਯਾਦ ਰਹੇ ਤੇ ਜਦੋਂ ਆਇਆ ਨਾ ਉਹਨੇ ਨਾ ਕਲਿੰਡਰ ਨੇ ਦੁਬਾਰਾ ਆਇਆ ਅਤੇ ਨਾ ਹੀ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਮਤਲਬ ਇਮਾਮ ਮਸਜਿਦ ਨੇ ਜਦੋਂ ਆਇਆ ਉਹਨਾਂ ਦਾ ਮਤਲਬ ਏਰੀਆ ਜਿੱਥੇ ਉਤਰਨਾ ਸੀ ਉਤਰਨ ਲੱਗੇ ਤੇ ਉਹਨੂੰ ਕਹਿੰਦੇ ਨੇ ਯਾਰ ਇਹ ਆਪਕੇ ਪੈਸੇ ਜੋ ਹੈ ਨਾ ਮੇਰੇ ਪਾਸ ਜ਼ਿਆਦਾ ਆ ਗਏ ਅੱਛਾ ਉਹ ਕਹਿੰਦਾ ਮੈਂ ਨਾ ਮੰਨ ਹੀ ਆਵਾਂ ਕਿ ਤੁਸੀਂ ਮੈਂ ਮੁਸਲਮਾਨਾਂ ਨੂੰ ਚੈੱਕ ਕਰਨਾ ਸੀ ਮੈਂ ਵੇਖਣਾ ਸੀ ਕਿ ਇਮਾਮ ਮਸਜਿਦ ਹੈ ਕੀ ਹੈ ਤਾਂ ਮੇਰਾ ਵਾਕਈ ਮਤਲਬ ਮੈਂ ਬੜਾ ਖੁਸ਼ ਹੋਇਆ ਵਾਂ ਕਿ ਤਾਂ ਇਮਾਨਦਾਰੀ ਤੁਸੀਂ ਵਿਖਾਈਏ ਅਤੇ ਕਹਿੰਦੇ ਨੇ ਉਹ ਇਮਾਮ ਮਸਜਿਦ ਕਹਿੰਦੇ ਨੇ ਮੈਂ ਉਸ ਵਕਤ ਇੰਨਾ ਲਰਜ਼ ਗਿਆ ਕਿ ਯਾ ਅੱਲਾ ਮੈਨੂੰ ਮਾਫ਼ ਕਰ ਦੇ ਮੇਰੇ ਤਾਂ ਦਿਲ 'ਚ ਲਾਲਚ ਆ ਗਿਆ ਸੀ ਮੈਂ ਤਾਂ ਡਰ ਮੈਂ ਲਾਲਚਾ ਜਾਂਦਾ ਸਾਡੇ ਤਾਂ ਮਤਲਬ ਮੈਨੂੰ ਇੱਕ ਮੁਸਲਮਾਨ ਨੂੰ ਉਹਨੇ ਅਜ਼ਮਾਇਆ ਸੀ ਅਤੇ ਸਾਰਿਆਂ 'ਤੇ ਦੱਬਾ ਲੱਗ ਜਾਣਾ ਸੀ ਅਤੇ ਯਾ ਅੱਲਾ ਸ਼ੁਕਰ ਹੀ ਮੈਨੂੰ ਤੂੰ ਬਚਾ ਲਿਆ ਮਤਲਬ ਪਹਿਲੇ ਕਹਿੰਦੇ ਨਾ ਅਜੇ ਉਹ ਗੱਲ ਕਹਿੰਦਾ ਹੈ ਮਸਜਿਦ ਕਿ ਜਿੱਡੇ ਮਰਜ਼ੀ ਤੁਸੀਂ ਆਲਮ ਫਾਜ਼ਲ ਵੀ ਹੋ ਨਾ ਜਦੋਂ ਤੁਹਾਡਾ ਇਮਾਨ ਆਮ ਬੰਦਾ ਨਹੀਂ ਆਲਮ ਫਾਜ਼ਲ ਵੀ ਉਹਦਾ ਵੀ ਸ਼ੈਤਾਨ ਵਸਵਸੇ ਚ ਪਾ ਦਿੰਦਾ ਹੈ ਤੇ ਉਹ ਕਿ ਉਹਨੂੰ ਕੀ ਪਤਾ ਲੱਗਣਾ ਇੰਨੇ ਕੁ ਤੇ ਪੈਸੇ ਨਾਲ ਨਾਲੇ ਉਹਨੂੰ ਫਰਕ ਹੀ ਪੈਣਾ ਇਸ ਤਰ੍ਹਾਂ ਬੰਦਾ ਬੜੀਆਂ ਦਲੀਲਾਂ ਦਿਮਾਗ 'ਚ ਦਿੰਦਾ ਸਹੀ ਹੁੰਦੇ ਪਏ
ਤੇ ਜੇ ਅੱਲਾ ਇਮਾਨ ਦੇ ਤੇ ਫਿਰ ਬੰਦਾ ਇਹ ਵੀ ਸੋਚਦਾ ਹੈ ਅੱਲਾ ਦੇ ਪਾਸੇ ਜਾਏ ਬੰਦਾ ਫਿਰ ਉਹਨੂੰ ਇਹ ਜ਼ਿਹਨ ਚ ਆਉਂਦਾ ਗੱਲ ਕਿ ਉਹ ਨਾ ਵੇਖੇ ਖੁਦਾ ਤੇ ਵੇਖਦਾ ਹੈ ਨਾ ਇਸੇ ਵਾਸਤੇ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਨਾ ਉਹਦੇ ਤੇ ਜਿਹਨੇ ਮਤਲਬ ਕੁਰਾਨੇ ਪਾਕ ਹਿਫਜ਼ ਕੀਤਾ ਜਾਂ ਤਰਜਮਾ ਕੀਤਾ ਕਹਿੰਦੇ ਨੇ ਫਲਾਣਾ ਤੇ ਹਾਫਜ਼ ਸੀ ਫਲਾਣਾ ਤੇ ਇਹ ਸੀ ਇਹਦੇ ਕੋਲ ਇੰਜ ਦੀ ਉਮੀਦ ਤੇ ਨਹੀਂ ਸੀ ਹੈ ਨਮਾਜ਼ ਪੜ੍ਹਦਾ ਇਹਦੇ ਕੋਲ ਇਹ ਤੇ ਉਮੀਦ ਨਹੀਂ ਸੀ ਹੈ ਨਾਲੇ ਉਹਨੂੰ ਸਭ ਪਤਾ ਕਿ ਇਹਦੀ ਸਜ਼ਾ ਕੀ ਹੈ ਚੋਰੀ ਦੀ ਦਗਾ ਦੀ ਜਾਂ ਫਰੇਬ ਦੀ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਫੇਰ ਲੱਗ ਗਿਆ ਬਾਜੀ ਸਕੂਨ ਮਿਲਦਾ ਪਿਆ ਹਾਂਜੀ ਮੈਂ ਇੱਕ ਇੱਕ ਹਿੱਸੇ ਚ ਲਾਇਆ ਹਲੇ ਨਹਾਉਣਾ ਸਭ ਆ ਤੂੰ ਹਾਂਜੀ ਰਾਤ ਪੈ ਜਾਣੀ ਨਹੀਂ ਮੈਂ ਸਿਰਫ ਅੱਧੇ ਘੰਟੇ ਬਾਅਦ ਨਹਾ ਲੈਣਾ ਗਰਮ ਪਾਣੀ ਕੱਢ ਲਿਆ ਵਿੱਚੋਂ ਕਿ ਠੰਡੇ ਨਾਲ ਨਹਾਉਣਾ ਮੈਂ ਗਰਮ ਨਾਲ ਨਹਾਉਣਾ ਮੋਟਰ ਚੱਲਦੀ ਹੋਏ ਨਾ ਫਿਰ ਨਿੱਘਾ ਆ ਜਾਂਦਾ ਮੈਂ ਤਾਂ ਸਿਆਲ ਸਾਰਾ ਸਭਾ ਨਹਾਤੀ ਹਾਂ ਅਤੇ ਮੈਂ ਜ਼ਿਆਦਾ ਨਹਾਤੀ ਹਾਂ ਨਹੀਂ ਤਾਂ ਨਾ ਮੈਂ ਮਹੀਨੇ ਡੇਢ ਵੀ ਕੱਢ ਛੱਡਦੀ ਹੁੰਦੀ ਹਾਂ ਅਤੇ ਕੱਪੜੇ ਬਦਲ ਲੈਣੇ ਅਤੇ ਸਿਰ ਧੋ ਲੈਣਾ ਗਰਦਨ ਧੋ ਲੈਣੀ ਅਤੇ ਇਹ ਇੰਨਾ ਹਿੱਸਾ ਜਿੱਥੋਂ ਮੈਨੂੰ ਸਮਝਣਾ ਕਿ ਮੇਰੇ ਕੋਲ ਬੋ ਆਉਂਦੀ ਹੈ ਅਤੇ ਮੈਂ ਕੱਟ ਐਤਕੀ ਮੇਰੇ ਮੀਆਂ ਨੇ ਆਖਿਆ ਵੇ ਹੱਲਾ ਨੇ ਸਾਨੂੰ ਸਹੂਲਤ ਦਿੱਤੀ ਹੈ ਤੂੰ ਨਹਾਇਆ ਕਰ ਤੂੰ ਆਉਂਦੀ ਹੈ ਨਾ ਮੇਰਾ ਜਿੱਦਣ ਮੈਂ ਨਹਾਉਂਦੀ ਹਾਂ ਜੇ ਜਿਸਮ ਖੁੱਲ ਜਾਂਦਾ ਤੇ ਗਰਮ ਪਾਣੀ ਕਰਕੇ ਨਾਲੇ ਬਾਜੀ ਬੰਦਾ ਨਾ ਉਸ ਨਹਾ ਲਓ ਨਾ ਤਾਂ ਇੰਝ ਲੱਗਦਾ ਜਿਵੇਂ ਹਲਕਾ ਹੋ ਗਿਆ ਮੈਂ ਉਹੀ ਤਾਂ ਆਖਣ ਨਹੀਂ ਕਿ ਉਹ ਇੰਝ ਲੱਗਦਾ ਜਿਵੇਂ ਹੱਡ ਪੈਰ ਖੁੱਲ ਗਏ ਨੇ ਅਤੇ ਸਕੂਨ ਮਿਲ ਗਿਆ ਉਹ ਫਿਰ ਮੈਂ ਜਦੋਂ ਹਫ਼ਤੇ ਬਾਅਦ ਬਾਈ ਮੈਂ ਇਦੂ ਵੱਧ ਨਹੀਂ ਕਿਉਂਕਿ ਮੈਨੂੰ ਮੋਹਰੇ ਦੀ ਤਕਲੀਫ ਹੈ ਮੇਰੀ ਕਮਰ 'ਚ ਦਰਦ ਬੜੀ ਹੁੰਦੀ ਆ ਵੇਖਿਆ ਮੈਂ ਬਾਜੀ ਦੀ ਕੋਟੀ ਪਾ ਲਈ ਉਧਰੋਂ ਮੋਢੇ ਦਰਦ ਕਰਦੇ ਨੇ ਉਧਰੋਂ ਲੱਕ ਦਰਦ ਕਰਦੇ ਨਾ ਮੈਨੂੰ ਸੱਟ ਵੱਜੀ ਹੈ ਧੀ ਹੈ ਮੇਰਾ ਚੂਕਨੇ ਜਿਹੜੀ ਹੱਡੀ ਹੈ ਨਾ ਉਹ ਜਿੱਡੀ ਸੋ ਹਿੱਲੀ ਹੈ ਤੇ ਮੈਨੂੰ ਠੰਡੀ ਹਰ ਗੱਲ 'ਤੇ ਦਰਦ ਹੁੰਦੀ ਹੈ ਅਤੇ ਮੈਂ ਤਾਂ ਹਰ ਗੱਲ ਪਾਣੀ ਦੱਸਦੀ ਨਹੀਂ ਐਤਕੀ ਸਾਰੀ ਸਰਦੀਆਂ ਗਰਮ ਕਰਕੇ ਦੋਵਾਂ ਜੀਆਂ ਪੀਤਾ ਇੱਕ ਤਾਂ ਖਾਂਸੀ ਦਾ ਆਰਾਮ ਰਿਹਾ ਸਿਫਤ ਜਿਹੜੀ ਗੱਲ ਦੀ ਅਸੀਂ ਸਿਫਤ ਕਰੀ ਹੈ ਨਾ ਉਹ ਸਾਨੂੰ ਰਾਸ ਨਹੀਂ ਹੁੰਦੀ ਤੇ ਇਸ ਲਈ ਨਾ ਗੈਸ ਹੁਣ ਜਾਣ ਲੱਗ ਪਈ ਹੈ ਮੈਨੂੰ ਕਿਉਂਕਿ ਮੈਂ ਸੁਬਹਾ ਪਕਾ ਕੇ ਨਾ ਰੋਟੀਆਂ 2 ਵਜੇ ਇੱਕ ਰੋਟੀ ਪਕਾ ਖਾਂਦੀ ਹਾਂ ਤੇ ਉਧਰੋਂ ਰਾਤ ਜਦੋਂ ਸ਼ਾਮ ਵੇਲੇ ਤੇਰੇ ਭਾਜੀ ਹੁੰਦੇ ਨਾ ਪਹਿਲਾਂ ਮੈਨੂੰ ਡਾਕਟਰ ਨੇ ਆਖਿਆ ਸੀ ਸੌਣ ਤੋਂ ਪਹਿਲਾਂ 3 ਘੰਟੇ ਪਹਿਲਾਂ ਰੋਟੀ ਖਾਇਆ ਕਰੋ ਤੇ ਫਿਰ ਮੈਨੂੰ ਤੇਰੇ ਭਾਜੀ ਆਉਂਦੇ ਤੂੰ ਪਕਾ ਖਾ ਲਿਆ ਕਰ ਇੱਕ ਦੋ ਦਿਨ ਪਕਾ ਖਾਧੀ ਤੇ ਮੈਨੂੰ ਸਭਾ ਚੰਗਾ ਨਹੀਂ ਲੱਗਦਾ ਮੈਂ ਸਿਰ 2 ਤੇ ਜੀ ਹਾਂ ਘਰ ਤੇ ਇਕੱਠੇ ਰੋਟੀ ਵੀ ਨਾ ਖਾਈਏ ਫਿਰ ਮੈਂ ਆਉਂਦੇ ਹਨ ਤੇ ਉਦੋਂ ਹੀ ਖਾਂਦੀ ਹਾਂ ਆਵੇ ਕਿ ਗਲੀ ਦੇ 2-3 ਫੇਰੇ ਲਾ ਆਉਂਦੀ ਹਾਂ ਤੇ ਦੁੱਧ ਨਹੀਂ ਹੁਣ ਪੀਂਦੀ ਕਿਉਂਕਿ ਉਹ ਮੈਨੂੰ ਆਖਿਆ ਸੀ ਕਿ ਸੌਣ ਇਹਦੇ ਨਾਲ ਗੈਸ ਹੁੰਦੀ ਹੈ ਤੇ ਤੁਸੀਂ ਆਂਟੀ ਜੀ ਇੰਝ ਕਰੋ 4 ਵਜੇ ਦੇ ਦੁੱਧ ਪੀਆ ਕਰੋ ਤੇ ਮੈਂ ਤਾਂ ਕੋਈ ਤੈਨੂੰ ਪਤਾ ਜਾਨ ਛਡਾਉਣੀ ਆ ਦੁੱਧ ਤੋਂ ਤੇ ਮੈਂ ਜਦੋਂ ਫਿਰ ਬਾਜੀ ਛੋਟਾ ਕੱਪ ਜਿਹੜਾ ਏਡਾ ਕੱਪ ਨਹੀਂ ਉਹ ਮੈਨੂੰ ਡਾਕਟਰ ਨੇ ਨਾ ਉੱਥੇ ਵੇ ਕਿਹਦਾ ਨਾ ਅਮਰ ਡਾਕਟਰ ਭੱਟੀ ਉਹ ਆਉਂਦਾ ਸੀ ਆਂਟੀ ਜੀ ਤੁਹਾਡੇ ਲਈ ਦੁੱਧ ਜ਼ਰੂਰੀ ਹੈ ਕਿਉਂਕਿ ਸ਼ੂਗਰ ਜਿਹੜੀ ਹੈ ਨਾ ਖੂਨ ਸਾੜ ਛੱਡਦੀ ਹੈ ਤੇ ਤੁਸੀਂ ਦੁੱਧ ਪੀਆ ਕਰੋ ਤਾਕਤਵਰ ਹਾਂ ਤੇ ਮੈਂ ਤਾਂ ਸ਼ੁਰੂ ਤੋਂ ਹੀ ਚਿੜਚਿੜੀ ਹਾਂ ਮੈਂ ਕੀ ਦੱਸਾਂ ਹੁਣ ਇਹ ਵੇ ਕਿ ਗੁੱਸੇ ਵਾਕਈ ਬੜੇ ਚੜ੍ਹਦੇ ਨੇ ਜਦੋਂ ਆਪਣੇ ਕੋਲ ਕੰਮ ਨਾ ਹੋਏ ਜਿਹੜਾ ਅੱਲਾ ਦੀ ਕਿਸਮੇ ਬੜੇ ਗੁੱਸੇ ਚੜ੍ਹਦੇ ਨੇ ਅਤੇ ਆ ਕੁੜੀਆਂ ਸਨ ਤੇ ਉਹ ਆਦਤ ਜਾਪ ਗਈ ਨਾਲੇ ਇਹਦੇ ਸਾਹਮਣੇ ਵੀ ਇੱਕ ਦਿਨ ਆਖਿਆ ਸੀ ਕਿ ਸ਼ੂਗਰ ਵਾਲੇ ਬੰਦੇ ਨੂੰ ਗੁੱਸਾ ਬੜਾ ਚੜ੍ਹਦਾ ਜਦੋਂ ਉਹਦੇ ਕੋਲ ਹੁੰਦਾ ਕੱਖ ਨਹੀਂ ਨਾ ਉਹਨੂੰ ਬਸ ਬੜੇ ਗੁੱਸੇ ਚੜ੍ਹਦੇ ਜੋ ਵੀ ਆਖਦਾ ਨਾ ਅੱਲਾ ਦੀ ਕਿਸਮ ਇਸ ਗੱਲੋਂ ਆਉਂਦੀ ਹਾਂ ਅੱਲਾ ਜਿਹੋ ਜਿਹੀ ਦੀ ਸੋਚ ਰੱਬ ਇਹਨੂੰ ਇਸ ਹਿਸਾਬ ਨਾਲ ਦੇਵੇ ਤੇ ਦਿੱਤਾ ਇਨਸ਼ਾਅੱਲਾ ਮੀਆਂ ਉਹਨੂੰ ਏਡਾ ਕਰਮਾ ਵਾਲਾ ਰੱਬ ਨੇ ਦਿੱਤਾ ਤੇ ਮੈਂ ਨਹੀਂ ਹਰ ਗੱਲ ਮੇਰੀ ਹੱਥੋਂ ਕਾਲੀ ਪੈਂਦੀ ਸੀ ਉਹ ਮੈਨੂੰ ਦਿੰਦੀ ਸੀ ਜਵਾਬ ਜਾਂ ਜਵਾਬ ਨਹੀਂ ਦਿੰਦੀ ਕਿਉਂਕਿ ਇਹਨੂੰ ਪਤਾ ਹਾਂ ਉਹ ਇਹਦੇ ਨਾਲ ਕੰਮ ਕਰਦਾ ਕਰਦੀ ਨਹੀਂ ਸ਼ੁਰੂ ਤੋਂ ਕੰਮ ਚੋਰ ਹਾਂ ਵਿਆਹ ਤੋਂ ਪਹਿਲਾਂ ਕੰਮ ਝਾੜੂ ਛਾੜੂ ਵਿਆਹ ਤੋਂ ਪਹਿਲਾਂ 5-6 ਮਹੀਨੇ ਕੰਮ ਕਰਨ ਲੱਗੀ ਨਹੀਂ ਤੇ ਇਹ ਤੇ ਵਿਗੜਾ ਜਿਵੇਂ ਕਹਿੰਦੇ ਨੀ ਕਰਦੀ ਵੀ ਜਲਦੀ ਸੀ ਤੇ ਸਾਰੇ ਕਰਦੀ ਸੀ ਤੇ ਉਂਝ ਕਰਦੀ ਕੱਖ ਨਹੀਂ ਮੈਂ ਬੰਦਿਆ
ਭਾਈ ਉਹ ਸਹੁਰੇ ਜਾ ਕੇ ਉਨੀਆਂ ਮੈਂ ਸਿਫਤਾਂ ਸੁਣੀਆਂ ਨੇ ਮਾਸ਼ਾਅੱਲਾ ਅੱਲਾ ਸਾਹਿਬ ਦੇ ਭਾਈ ਤੇ ਪੁੱਤਰ ਦੇ ਨਸੀਬ ਇੰਜ ਦੇ ਹੋਣ ਬਰ ਆਉਂਦੀ ਹੈ ਮੈਂ ਮਾਂ 5-6 ਕਿਲੋ ਚਾਵਲਾਂ ਦਾ ਪਤੀਲਾ ਵੀ ਹੋਣ ਲੱਗ ਪਈ ਜੀ ਪਕਾਉਣ ਪੁਲਾਓ ਬਿਰਿਆਨੀ ਫਿਰ ਮਟਰਾਂ ਵਾਲਾ ਪੁਲਾਓ ਆਉਂਦੀ ਹੈ ਮਾਂ ਮੈਂ ਅੱਜ ਇਹ 6 ਕਿਲੋ ਪਕਾਏ ਜੇ ਮਾਸ਼ਾਅੱਲਾ ਅਤੇ ਏਡੇ ਏਡੇ ਲੰਮੇ ਚੌਲ ਪਕਾਏ ਜੇ ਅਤੇ ਤਾਰੀਫਾਂ ਵੀ ਸੁਣੀਆਂ ਜੇ ਅੱਛਾ ਮੈਂ ਕਿਹਾ ਭਾਈ ਅੱਲਾ ਚਲੋ ਅੱਲਾ ਮੈਂ ਖੁਸ਼ ਨਸੀਬ ਹਾਂ ਜਿਹੜਾ ਕੰਮ ਕਰਿਆ ਕਰ ਲੈਂਦੀ ਜਿਹੜਾ ਪਹਿਲੇ ਦਿਨ ਆਏ ਸਨ ਇਹਨੇ ਖਾਣਾ ਬਣਾਇਆ ਪਤਾ ਹੀ 2 ਕਿਲੋ ਇਹਨੇ ਬਣਾਇਆ ਸੀ ਕੀਮਾ ਮਟਰ ਅਤੇ ਬਿਰਿਆਨੀ 2 ਕਿਲੋ ਚਾਵਲਾਂ ਦੀ ਬਣਾਈ ਸੀ ਵਿੱਚ 1.5 ਕਿਲੋ ਗੋਸ਼ਤ ਪਾਇਆ ਸੀ ਰਾਇਤਾ ਤੱਕ ਉਹਨੇ ਹਰ ਚੀਜ਼ ਸ਼ਾਮੀ ਟਿੱਕੀਆਂ ਵੀ ਹਰ ਚੀਜ਼ ਅਤੇ ਸਹੁਰਾ ਕਸਮੇ ਤਾਰੀਫਾਂ ਕਰ ਕਰਕੇ ਅਤੇ ਗਿਆ ਸੀ ਨਾਲ 1,000 ਰੁਪਇਆ ਇਨਾਮ ਦਿੱਤਾ ਉਹ ਕਹਿੰਦਾ ਸੀ ਮੇਰੀ ਧੀ ਨੇ ਪਹਿਲੀ ਵਾਰ ਪਕਾਇਆ ਤਾਂ ਐਡਾ ਬਾਜੀ ਸੱਚੀ ਵਿੱਚ ਹੀ ਪਹਿਲੀ ਵਾਰ ਪਕਾਇਆ ਮੈਂ ਕਿਹਾ ਸੱਚੀ ਗੱਲ ਜੇ ਮੈਂ ਤੁਹਾਨੂੰ ਸੱਚੀ ਦੱਸਦੀ ਇਹਨੂੰ ਕੰਮ ਕਰਨ ਦੀ ਆਦਤ ਕੋਈ ਜੇ ਮੈਂ ਛੋਟੀ ਹੈ ਅਤੇ ਕਿਹਦਾ ਨਾ ਉਹ ਵੱਡੀਆਂ ਵੀ ਇਹੋ ਹੀ ਆਉਂਦੀਆਂ ਹਨ ਚਲੋ ਆਪੇ ਪੇ ਕਰਨਾ ਹੁਣ ਅਸੀਂ ਹੈ ਵਾ ਨਾ ਕਰ ਲਈਏ ਸਾਡੀ ਧੀ ਸੂਗੜ ਹੈ ਸੱਸ ਨੂੰ ਦੇਣੇ ਹਨ ਮਾਂ ਨੂੰ ਨਹੀਂ ਹੋਣੀ ਦੇਣੀ ਆਉਂਦੀ ਅੰਮੀ ਉਹ ਤਾਂ ਕੰਮ ਵਾਲੀ ਉਂਝ ਲੱਗੀ ਹੋਣੀ ਹੈ ਆ ਜਾ ਕੇ ਸਫਾਈ ਦੇ ਕੰਮ ਵਾਲੀ ਨਾ ਹਟਾ ਛੜੀ ਹੁਣ ਫਿਰ ਉਰੇ ਲਾ ਲਈ ਨੇ ਇਹ ਜਦੋਂ ਗਏ ਨਾ ਜਦੋਂ ਲਾਕਡਾਊਨ ਸੀ ਉਦੋਂ ਕੰਮ ਵਾਲੀ ਹਟਾ ਛੜੀ ਇਹਨੇ ਸਹੁਰਾ ਆਉਂਦਾ ਸੀ ਕਿ ਹੋਰੇ ਕਿਤੇ ਕਿਤੇ ਘਰ ਕਰਕੇ ਆਉਂਦੀ ਹੈ ਅਤੇ ਛਡਾ ਸਫਾਈਆਂ ਸਫੂਈਆਂ ਫਿਰ ਵੀ ਉਹ ਬੇਲਾ ਛੇਲਾ ਕਰ ਬੇਲਾ ਹਾਂ ਨਹੀਂ ਇਹਨੇ ਕੋਈ ਕੰਮ ਨਹੀਂ ਕੀਤਾ ਉਹ ਆਉਂਦੀ ਅੰਮੀ ਮੈਨੂੰ ਆਉਂਦੀ ਹੈ ਜਾ ਤੂੰ ਇੰਜੋਏ ਕਰ ਸਾਰੀ ਉਮਰ ਕੰਮ ਨਹੀਂ ਕਰਨਾ ਉਹ ਉਹਦੀ ਪੁੱਪੀ ਸੱਸ ਪਕਾਉਂਦੀ ਹੈ ਰੁਬੀਆ ਵੀ ਮਾਸ਼ਾਅੱਲਾ ਬੜੀ ਪਿਆਰੀ ਹਾਂਡੀ ਪਕਾਉਂਦੀ ਹੈ ਅਸੀਂ ਗਏ ਹਾਂ ਅਤੇ ਹੋਰੇ ਕੋਲ 25-26 ਤੋਂ ਉਹਨੇ ਸਾਡੇ ਵਾਸਤੇ ਮੈਂ ਦੂਸਰੀ ਤੀਸਰੀ ਵਾਰ ਗਈ ਮੈਂ ਕਿਹਾ ਹੁਣ ਰਿਸ਼ਤਾ ਹੋ ਗਿਆ ਹੋਰੇ ਸ਼ਾਇਦ ਹੁਣ 1-2 ਪਕਾਏ ਬਾਈ ਮੈਂ ਨਹੀਂ ਹਾਂ ਉਸੇ ਤਰ੍ਹਾਂ ਹੀ ਇੰਨਾ ਇੰਨੇ ਖਾਣੇ ਨੇ ਮੈਂ ਤਾਂ 1-2 ਉਹਨਾਂ ਵਿੱਚੋਂ ਥੋੜ੍ਹਾ ਜਿਹਾ ਰੱਖ ਕੇ ਤਾਂ ਖਾ ਲਿਆ ਮੈਂ ਚੱਖੇ ਵੀ ਨਹੀਂ ਸਨ ਕੋਫਤੇ ਹਨ ਕਰੇਲੇ ਗੋਸ਼ਤ ਹਨ ਸ਼ਾਮੀ ਟਿੱਕੀਆਂ ਹਨ ਕਬਾਬ ਸਨ ਬਿਰਿਆਨੀ ਸੀ ਫਿਰ ਕਿਹਦਾ ਨਾ ਹੈ ਹੋਰੇ ਕਿਹੜਾ ਗੋਸ਼ ਸੀ ਅਤੇ ਕਿਹੜਾ ਗੋਸ਼ ਮੱਛੀ ਸੀ ਮੈਂ ਨਹੀਂ ਕਿ ਮੈਂ ਉਹ ਸਾਰੇ ਖਾਣੇ ਨਹੀਂ ਚੱਖੇ ਜੋ ਵੀ ਮੈਂ ਚੱਖਿਆ ਸੀ ਛੋਟਾ ਗੋਸ਼ਤ ਸਫੇਦ ਕੋਰਮਾ ਬਣਾਇਆ ਸਾਨੇ ਉਹ ਮੈਂ ਇਹਨੇ ਧੱਕੇ ਨਾ 5-6 ਬੋਟੀਆਂ ਪਾ ਦੇ ਮੈਂ ਇੱਕੋ ਹੀ ਖਾਧੀ ਤੇ ਇੱਕ ਮੈਂ ਸ਼ਾਮੀ ਟਿੱਕੀ ਖਾਧੀ ਸੀ ਦੋ ਮੈਂ ਮੱਛੀ ਦਾ ਪੀਸ ਖਾਧੀ ਜਦੋਂ ਬਾਜੀ ਖਾਣੇ ਜ਼ਿਆਦਾ ਹੋਣ ਨਾ ਤੇ ਉਹ ਤੁਹਾਡੇ ਕੋਲ ਘੱਟ ਖਾਂਦਾ ਨਾ ਭਾਵੇਂ ਤੁਹਾਡੀ ਹਰ ਚੀਜ਼ ਫੇਵਰਟ ਹੋਏ ਹਾਂ ਮੱਛੀ ਦੇ 2 ਪੀਸ ਖਾਧੇ ਹਨ 1 ਤੰਦੂਰ ਦੀ ਰੋਟੀ ਵੀ ਆਉਂਦੀ ਸਨ ਨਾਨ ਵੀ ਸਨ ਅਤੇ ਮੈਂ 1 ਤੰਦੂਰ ਦੀ ਰੋਟੀ ਖਾਧੀ ਤੋਂ ਜੇ 4 ਬੋਟੀਆਂ ਨੇ ਪਾਈਆਂ ਹਨ ਧੱਕੇ ਨਾ ਪਾਈ ਜਾਂਦੀ ਮੈਂ ਉਹਦੇ 'ਚੋਂ 1 ਬੋਟੀ ਖਾਧੀ ਸੀ ਅਤੇ 1 ਸ਼ਾਮੀ ਟਿੱਕੇ ਮੇਰਾ ਢਿੱਡ ਇੰਜ ਹੋ ਗਿਆ ਸੀ ਫੁੱਲ ਮੈਂ ਨਹੀਂ ਬਿਰਿਆਨੀ ਚੱਖੀ ਉਹਨਾਂ ਦੀ ਉਹ ਐਡੇ ਐਡੇ ਬੂਟ ਪਾਉਂਦੇ ਅੱਧਾ ਹਿੱਸਾ ਨਹੀਂ ਹੁੰਦਾ ਫਟਾਂ ਦਾ ਉਹ ਨਾ ਉਹ ਸਾਰੇ ਸਾਰੇ ਪੀਸ ਪਹਿਲਾਂ ਤਲਦੇ ਨੇ ਅਤੇ ਫਿਰ ਉਹ ਬਿਰਿਆਨੀ 'ਚ ਮਿਕਸ ਕਰਦੇ ਬੜਾ ਉਹਨਾਂ ਨੂੰ ਗੋਸ਼ਤ ਪਸੰਦ ਹੈ ਛੋਟਾ ਵੱਡਾ ਮੈਂ ਨਹੀਂ ਇਹ ਗੋਸ਼ਤ ਖਾਣੇ ਨੇ ਆ ਜਿਹੜਾ ਮੇਰਾ ਜ਼ਹਾਰ ਹੀ ਮੇਰੇ ਹਿੱਸੇ ਆਇਆ ਇਹ ਤਾਂ ਉਹ ਆਉਂਦੀ ਹੈ ਮਾਂ ਸਬਜ਼ੀ ਕਦੀ ਖਾਧੀ ਗਈ ਖਾਧੀ ਤਾਂ ਮਾਸ਼ਾਅੱਲਾ ਸਿਹਤਮੰਦ ਬੜਾ ਪਸੰਦ ਆ ਸ਼ਾਇਦ ਹੁਣ ਬਾਈ ਫਾਰਗ ਹੋ ਗਈ ਬਾਅਦ ਚੋ ਖਾ ਲਏ ਉਦੋਂ ਤੇ ਉਹਦੇ ਮਨੋ ਚੜਿਆ ਗੋਸ਼ੇ ਤੇ ਕੋਈ ਵੀ ਨਹੀਂ ਵੇਂਦੀ ਸਭ ਤੇਰੇ ਇੱਥੋਂ ਤੱਕ ਵਾਲ ਨੇ ਯਾਰ ਮੇਰੇ ਸਵਾਰੇ ਨਾ ਥੱਲੋਂ ਦੁਬਾਰਾ ਕਰਵਾਓ ਤੇ ਵਾਲ ਗਹਿਰੇ ਆਉਂਦੇ ਨੇ ਮੇਰੇ ਸ਼ੁਰੂ ਤੋਂ ਭਾਰੇ ਨੇ ਰੋਜ਼ਾਨਾ ਸਵੇਰ ਦੇ ਵੀ ਇੰਝ ਹੀ ਨੇ ਇੱਕ ਇੱਕ ਦਫਾ ਮੈਂ ਕਰਾਈ ਕਈ ਵਾਰ ਵਾਰ ਟਿੰਡਾਂ ਕਰਾਉਂਦੇ ਨੇ ਕਿ ਵਾਲ ਸਹੀ ਅਭੀ ਔਰ